ਦੇ ਵੀ ਸਾਜ ਹੈਗੇ ਜਿਹਨਾਂ ਕੋਲ, ਜੇ ਗੱਡੀਆਂ ਜੀ ਕਿਤੇ ਵੀ ਪਏ ਨੇ ਸੰਗਤ ਵਿੱਚ ਲਿਆਓ ਸਾਜ, ਤਬਲੇ ਵਾਜੇ, ਦਿਲ ਰਬਾਬ, ਟਲੀਆਂ, ਸਾਜਾਂ, ਸਾਜ ਵਜਾਉਣ ਵਾਲੀਆਂ ਸੰਗਤਾਂ ਸਾਰੇ ਅੱਗੇ ਆਣ ਕੇ ਬੈਠ ਜਾਓ, ਪੰਗਤ ਵਿੱਚ ਬੈਠੋ, ਪਿੱਛੇ ਜਾ ਕੇ ਆ
ਸਾਰੇ ਜਪੋ ਜੀ। ਅੱਜ ਦੇ ਗੁਣ ਗਾਏ ਤੁਹਾਡੇ ਇੱਕ ਸਾਲ ਦੇ ਬਰਾਬਰ ਏ। ਬਾਬਾ ਜੀ ਦੇ ਬਚਨ ਨੇ ਕਿ ਜੇ ਅੱਜ ਦੇ ਦਿਨ ਇੱਕ ਸੁਖਮਣੀ ਦਾ ਪਾਠ ਕਰੇ ਤੇ ਇੱਕ ਸਾਲ ਦੇ ਫਲ, ਇੱਕ ਸਾਲ ਦਾ। ਗੁਰੂ ਨਾਨਕ ਸਾਹਿਬ ਦੇ ਅਵਤਾਰ ਦਿਹਾੜੇ ਤੇ ਪੂਰਨਮਾਸ਼ੀ ਦੀ ਰਾਤ ਜਾ ਕੇ ਸਿਮਰਨ ਕਰੇ ਪੂਰੇ ਸਾਲ ਦਾ ਫਲ। ਅੱਗੇ ਪਿੱਛੇ ਪੂਰਨਮਾਸ਼ੀ ਤੇ ਜਾ ਕੇ ਨਾਮ ਜਪੇ ਇੱਕ ਮਹੀਨੇ ਦਾ। ਕਲਯੁਗ ਦੇ ਅਵਤਾਰ ਅੱਜ ਧਰਤੀ ਤੇ ਆਏ ਨੇ, ਕਲਯੁਗ ਦੇ ਅਵਤਾਰ ਗੁਰੂ ਨਾਨਕ ਸਾਹਿਬ ਅੱਜ ਆਏ ਆ। ਇਹਨੂੰ ਸਮੇਂ ਨੂੰ ਖਾ ਪੀ ਕੇ ਬੇਅਰਥ ਨਾ ਗਵਾਇਓ। ਅੱਜ ਦੀ ਰਾਤ ਦਾ ਤਾਂ ਸਵਾਸ ਨਹੀਂ ਖਾਲੀ ਜਾਣਾ ਚਾਹੀਦਾ ਨਾਮ ਸਿਮਰਨ ਤੋਂ ਬਗੈਰ, ਕਿਉਂਕਿ ਅੱਜ ਕੀਮਤ ਬਹੁਤ। ਅੱਜ ਦੇ ਇੱਕ ਸਵਾਸ ਦੀ 365 ਸਵਾਸਾਂ ਦੇ ਬਰਾਬਰ ਕੀਮਤ ਏ, ਆਖੋ ਸ੍ਰੀ ਵਾਹਿਗੁਰੂ। ਅੱਜ ਦੀ ਇੱਕ ਰਾਤ 365 ਰਾਤਾਂ ਦੇ ਬਰਾਬਰ ਫਾਲੇ। ਜਿਹਨੇ ਅੱਜ ਦੀ ਰਾਤ ਗੁਣ ਗਾਲੇ ਉਹਨੇ ਪੂਰਾ ਸਾਲ ਗੁਣ ਗਾਲੇ, ਪੂਰਾ ਸਾਲ। ਬਚਨ ਕਿੰਨਾ ਦੇ ਆ ਬਾਬਾ ਆਨੰਦ ਸਿੰਘ ਦੇ, ਬਚਨ ਕਿੰਨਾ ਦੇ ਆ ਬਾਬਾ ਈਸ਼ਰ ਸਿੰਘ ਦੇ, ਹਰ ਮਹਾਂਪੁਰਸ਼ ਦੇ। ਜਿੰਨੇ ਵੀ ਕਮਾਈ ਵਾਲੇ ਮਹਾਂਪੁਰਖ ਧਰਤੀ ਤੇ ਆਏ ਉਹਨਾਂ ਨੇ ਅੱਜ ਦੇ ਦਿਨ ਨੂੰ ਵਡਿਆਈ ਦਿੱਤੀ। ਬਾਬਾ ਆਨੰਦ ਸਿੰਘ ਨੇ ਆਪਦਾ ਜੀਵਨ ਹੀ ਅੱਜ ਦੇ ਦਿਨ ਨੂੰ ਦੇਤਾ ਸੀ, 12:21 ਨੂੰ, ਕਿ ਜਦ ਤੱਕ ਸਵਾਸ ਦੁਨੀਆ ਤੇ ਰਹਿਣਗੇ ਗੁਰੂ ਨਾਨਕ ਤੇਰਾ ਜਨਮ ਦਿਨ ਰੋਜ਼ ਹੀ ਮਨਾਵਾਂਗੇ। ਤੇ 12:21 ਦੇ ਇਸ਼ਨਾਨ ਕਰਕੇ ਰੋਜ਼ ਬੈਠ ਜਾਂਦੇ ਸੀ ਰੋਜ਼ਾਨਾ। ਇੰਨੀਆਂ ਘੜੀਆਂ ਕੀਮਤੀ ਨੇ ਅੱਜ ਦੀਆਂ ਗੱਪਾਂ ਕਰਕੇ ਨਹੀਂ ਗੁਜ਼ਾਰਨ ਵਾਲੀਆਂ, ਪਟਾਕੇ ਚਲਾ ਕੇ ਨਹੀਂ ਗੁਜ਼ਾਰਨ ਵਾਲੀਆਂ, ਖਾ ਪੀ ਕੇ ਗੁਜ਼ਾਰਨ ਵਾਲੀਆਂ ਨਹੀਂ, ਇਹ ਤਾਂ ਗੁਣ ਗਾ ਕੇ। ਅੱਜ ਦੀ ਮਹਿਮਾ ਇਸ ਨਾਨਕਸਰ ਦੀ ਧਰਤੀ 'ਤੇ
ਗੁਰੂ ਨਾਨਕ ਸਾਹਿਬ ਦਾ ਜਸ ਦੇਵੀ ਦੇਵਤੇ ਗਾ ਰਹੇ ਨੇ, ਦੇਵੀ ਦੇਵਤੇ ਇਹ ਦੇਖਣ ਨੂੰ ਦਿਸ ਰਹੇ ਆ ਮਨੁੱਖਾਂ ਦੇ ਹੀ, ਪਰ ਅੱਜ ਉਹ ਬੈਠੇ ਆ ਜਿਹੜੇ ਸਵਰਗਾਂ ਵਿੱਚ ਰਹਿਣ ਵਾਲੇ, ਅੱਜ ਗੁਣ ਉਹ ਗਾ ਰਹੇ ਨੇ। ਤੇ ਜੁੜ ਕੇ ਸਮਾਂ ਬਤੀਤ ਕਰਿਓ, ਜਿਹੜਾ ਬੈਠਿਓ ਦੇਵਤਾ ਬਣ ਕੇ। ਸੁਰ ਨਰ ਮੁਣ ਜਨ ਕੌਤਕ ਆਏ ਕੋਟ ਤੇ ਤੀਸੂ ਜਾਣਾ, ਸੁਰ ਨਰ ਮੁਣ ਜਨ ਕੌਤਕ ਆਏ ਕੋਟ ਤੇ ਤੀਸ, 33 ਕਰੋੜ ਵੀ ਦੇਵਤੇ ਆਏ ਨੇ ਅੱਜ ਦੇ ਇਸ਼ਨਾਨ ਕਰਨ ਦੀਆਂ ਚੁੱਪੀਆਂ। 33 ਕਰੋੜ ਦੇਵੀ ਦੇਵਤਾ ਲਾ ਰਿਹਾ ਦੇਵਤੇ ਸੁਰ ਨਰ ਮੁਣ ਜਨ ਜੋਗੀ ਅੱਜ ਸਾਰੇ ਗੁਰੂ ਨਾਨਕ ਸਾਹਿਬ ਦੇ। ਬਾਬਾ ਜੀ ਕਹਿੰਦੇ ਸੀ ਨਨਕਾਣਾ ਰਹਿ ਗਿਆ ਪਾਕਿਸਤਾਨ ਦੇ ਵਿੱਚ, ਭਾਗਾਂ ਵਾਲਾ ਪਹੁੰਚੇਗਾ, ਕਹਿੰਦੇ ਤੁਸੀਂ ਨਨਕਾਣਾ ਨਾਨਕ ਸਰ ਬਣ ਲਓ ਆਖੋ ਸ੍ਰੀ ਬਾਬਾ। ਅੱਜ ਸਮਝੋ ਅਸੀਂ ਨਨਕਾਣਾ ਸਾਹਿਬ ਵਿੱਚ ਬੈਠੇ ਹਾਂ, ਨਨਕਾਣਾ ਸਾਹਿਬ ਵਿੱਚ, ਤੇ ਗੁਰੂ ਨਾਨਕ ਦੇ ਗੁਣ ਗਾ ਰਹੇ ਹਾਂ। ਇਹ ਘੜੀਆਂ ਜੁੜ ਕੇ ਬਤੀਤ ਕਰਿਓ, ਧੰਨ ਗੁਰੂ ਨਾਨਕ ਤੁਸੀਂ ਨਿਰੰਕਾਰ, ਧੰਨ ਗੁਰੂ ਨਾਨਕ ਤੁਸੀਂ ਨਿਰੰਕਾਰ, ਸਾਰੇ ਜਪੋ ਬੋਲਿਆ ਕਰੋ। ਜੁੜ ਜਾਓ
ਆ ਜਿਹੜਾ ਸਮਾਗਮ ਤੁਸੀਂ ਅੱਜ ਦੇਖ ਰਹੇ ਜੇ, ਇਸ ਦਾ ਸਵੇਰੇ ਕਿਸੇ ਨੂੰ ਨਹੀਂ ਪਤਾ ਸੀ, ਮੈਨੂੰ ਵੀ ਨਹੀਂ ਪਤਾ ਸੀ ਅੱਜ ਸਵੇਰੇ ਕਿ ਸ਼ਾਮ ਨੂੰ ਆ ਸਮਾਗਮ ਨਾਨਕ ਸਾਹਿਬ ਦੀ ਧਰਤੀ ਤੇ ਹੋਏਗਾ। ਸ਼ਾਮ ਨੂੰ ਜਦੋਂ ਸਤਿਗੁਰਾਂ ਦੀ ਸੇਵਾ ਕਰਕੇ ਹੁਕਮਨਾਮਾ ਲਿਆ, ਬਸ ਉਦੋਂ ਹੀ ਫੁਰਨੇ ਬਣਾ ਤੇ ਸਤਿਗੁਰਾਂ ਨੇ, ਆਪ ਵਰਤ ਗਏ ਸ਼ਾਮ ਨੂੰ 5 ਵਜੇ। ਸਵੇਰੇ ਨਹੀਂ ਪਤਾ ਸੀ ਮੈਨੂੰ ਕਿ ਨਾਨਕ ਸਾਹਿਬ ਦੀ ਧਰਤੀ ਤੇ, ਜਿਨ੍ਹਾਂ ਨੂੰ ਵੀ ਮੈਸੇਜ ਗਏ ਨੇ ਸ਼ਾਮੀ 7 ਵਜੇ ਤੋਂ ਬਾਅਦ ਗਏ ਨੇ। ਇਹ ਬਾਬਾ ਜੀ ਨੇ ਕੌਤਕ, ਇੱਥੇ ਤਾਂ ਇੱਟ ਵੱਟੇ ਤੇ ਮਿੱਟੀ ਖਿਲਰੀ ਸੀ, ਇੱਥੇ ਕੋਈ ਪਤਾ ਨਹੀਂ ਸੀ ਨਾ, ਇਹੀ ਕੌਤਕ ਹੈ ਗੁਰੂ ਦਾ। ਇੰਨੇ ਵਾਜਿਆਂ ਤੇ ਤਬਲਿਆਂ ਦੇ ਨਾਲ ਜਸ ਗਾਇਆ ਜਾ ਰਿਹਾ ਹੈ, ਇੰਨੇ ਵਾਜਿਆਂ ਤੇ ਤਬਲਿਆਂ ਦੇ ਨਾਲ ਜਸ ਗਾਇਆ ਜਾ ਰਿਹਾ ਹੈ। ਇਹ ਬਾਬਾ ਆਨੰਦ ਸਿੰਘ ਜੀ ਜਦੋਂ 5-6 ਵਾਜੇ ਰਖਾਉਣੇ, 5-6 ਤਬਲੇ ਨਾਨਕ ਸਾਹਿਬ ਦੀ ਸਟੇਜ ਭਰ ਜਾਣੀ, ਤੇ ਬਾਬਾ ਆਨੰਦ ਸਿੰਘ ਨੇ ਵੇਖ ਕੇ ਪ੍ਰਸੰਨ ਹੋਣਾ। ਧੰਨ ਬਾਬਾ ਈਸ਼ਵਰ ਸਿੰਘ ਜੀ ਨੇ ਸਾਜਾਂ ਵਾਲਿਆਂ ਨੂੰ ਵੇਖ ਕੇ ਖੁਸ਼ ਹੋਣਾ, ਅੱਜ ਕਿੱਡੇ ਖੁਸ਼ ਹੁੰਦੇ ਹੋਣਗੇ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਕਹਿੰਦੇ ਸਾਰਿਆਂ ਨੂੰ ਬਿਠਾ ਦਿਓ ਵਾਜਿਆਂ ਤੇ, ਮੈਨੂੰ ਕਹਿੰਦੇ ਸਾਰਿਆਂ ਨੂੰ ਤਬਲਿਆਂ ਤੇ। ਮੈਂ ਬਾਬਾ ਸੇਵਾ ਸੁਣਾ ਕੋਲ ਗਿਆ, ਹੋਰ ਸਾਰਿਆਂ ਕੋਲ ਗਿਆ, ਜਾ ਕੇ ਬੇਨਤੀ ਕੀਤੀ, ਬਾਬਾ ਜੀ ਕਹਿੰਦੇ ਸਾਰੇ ਹੀ ਵਾਜੇ ਸਾਜ ਲੈ ਕੇ ਆ ਜਾਓ। ਅੰਤਮ ਸਮੇਂ ਸਾਰੇ ਅਸੀਂ ਬੈਠ ਕੇ ਬਾਬਾ ਗੁਰਚਰਨ ਸਿੰਘ, ਬਾਬਾ ਸੇਵਾ ਸੁਣੀ, ਬਾਬਾ ਗੁਰਮੇਲ ਸਿੰਘ, ਵੱਡੇ ਬਾਬਾ ਭਜਨ ਸਿੰਘ ਜੀ, ਜਿੰਨੇ ਬਿਹੰਗਮ ਸੇਵਾਦਾਰ, ਉਹ ਫੋਟੋ ਤਸਵੀਰਾਂ ਹੈਗੀ ਹੈ। ਬਾਬਾ ਕੁੰਦਨ ਸਿੰਘ ਜੀ ਅੱਜ ਵੀ ਵਿੱਚ ਬੈਠੇ ਨੇ, ਆਖੋ ਸ੍ਰੀ ਵਾਹਿਗੁਰੂ। ਬਾਬਾ ਜੀ ਕਹਿੰਦੇ ਸਾਰਿਆਂ ਨੂੰ ਬਿਠਾਓ ਸਾਜਾਂ ਤੇ, ਐਡੀ ਖੁਸ਼ੀ ਹੁੰਦੀ ਸੀ ਬਾਬਾ ਕੁੰਦਨ ਸਿੰਘ ਜੀ ਨੂੰ। ਅੱਜ ਆਪਾਂ ਗੁਰੂ ਨਾਨਕ ਦੀਆਂ ਖੁਸ਼ੀਆਂ ਲੈ ਰਹੇ ਹਾਂ। ਭਜਨ ਸਿੰਘ ਨੂੰ ਬੇਨਤੀ ਕਰਕੇ ਵੀ ਲੈ ਆਵੋ, ਆਹ ਰਬਾਬ ਉਹਨਾਂ ਨੂੰ ਉਡੀਕ ਰਿਹਾ, ਉਹਨਾਂ ਨੇ ਵੀ ਹਾਜ਼ਰ ਲਾਉਣੀ, ਇਹ ਉਹਨਾਂ ਨੂੰ ਉਡੀਕ ਰਿਹਾ ਰਬਾਬ। ਭਾਈ ਗੁਰਮੁਖ ਪਿਆਰੇ ਜਾਓ, ਉਹਨਾਂ ਨੇ ਆਉਣਾ ਹੈ, ਮਾੜਾ ਚੇਤਾ ਕਰਾਓ। ਭਾਵਨਾ ਵਾਲੀਆਂ ਕੱਢਿਓ, ਦਿਖਾਵੇ ਵਾਲੀਆਂ ਨਹੀਂ ਕੱਢਦੀਆਂ ਆਪਾਂ, ਇਹ ਦਿਖਾਵਾ ਨਹੀਂ, ਇਹ ਪਿਆਰ ਹੈ, ਇਹ ਸਾਜਾਂ ਦੀ ਨੁਮਾਇਸ਼ ਨਹੀਂ,
ਇਹ ਸਾਜਾਂ ਦੀ ਨੁਮਾਇਸ਼ ਨਹੀਂ ਲਾਈ, ਇਹ ਪਿਆਰ ਹੈ ਭਾਵਨਾ ਹੈ, ਇਹ ਨੁਮਾਇਸ਼ ਨਹੀਂ ਇਹ ਪਿਆਸ ਹੈ। ਗੁਰੂ ਨਾਨਕ ਦੇ ਖੁਸ਼ੀਆਂ ਦੀ ਪਿਆਸ ਹੈ। ਮੰਡਾ ਵਿੱਚ ਆਕਾਸ਼ ਪਤਾਲ ਵਿੱਚ ਗੁਰੂ ਨਾਨਕ ਦੇਵ ਜੀ ਬਗਦਾਦ ਦੇ ਵਿੱਚ ਗਏ, ਜਪਜੀ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਹੋ ਰਿਹਾ ਹੈ, ਪੜਿਆ ਜਾ ਰਿਹਾ ਪਤਾਲਾ ਪਤਾਲ ਲੱਖ ਆਗਾਸ ਬਲਤਾਨ ਦੇ ਪੀਰ ਦੇ ਅੱਗੇ ਦਸਤਗੀਰ ਅੱਗੇ ਆਣ ਕੇ ਸ਼ਿਕਾਇਤ ਕੀਤੀ ਇੱਕ ਚੇਲੇ ਨੇ, ਐਸਾ ਪੀਰ ਆਇਆ ਹੈ। ਉਹ ਕਹਿੰਦਾ ਕਾਸ਼ਾਂ ਪਤਾਲ ਲੱਖ ਨੇ, ਇਹ 14 ਤਬਕ ਨੇ, ਲੱਖ ਕਿੱਥੋਂ ਆ ਗਏ, ਲੱਖ ਕਿੱਥੋਂ ਆ ਗਏ, 14 ਤਬਕ ਨੇ। ਨਾਲੇ ਉਹ ਸਾਜ ਵਜਾ ਰਹੇ ਨੇ, ਬਗਦਾਦ ਦੇ ਵਿੱਚ ਸਾਜ ਵਜਾਉਣ ਦੀ ਮਨਾਹੀ ਸੀ ਕਿ ਇਹ ਚੰਚਲਤਾ ਹੀ ਪੈਦਾ ਕਰਦੇ ਆ, ਭਗਤੀ ਨਹੀਂ ਪੈਦਾ ਕਰਦੇ। ਦਸਤਗੀਰ ਨੇ ਆਣ ਕੇ ਗੁਰੂ ਨਾਨਕ ਸਾਹਿਬ ਤੇ ਫਤਵਾ ਲਾ ਦਾ, ਸਾਰੇ ਪੱਥਰ ਮਾਰੋ, ਇਹਨੇ ਗੁਨਾਹ ਕੀਤਾ ਹੈ, ਬਗਦਾਦ ਦੀ ਧਰਤੀ ਤੇ ਸਾਜ ਵਜਾਏ ਨੇ, ਇਹ ਕੰਜਰਾਂ ਦੇ ਵਾਸਤੇ ਆ, ਇਹ ਭਗਤਾਂ ਵਾਸਤੇ ਨਹੀਂ, ਗਾਉਣ ਵਜਾਉਣ ਵਾਲਿਆਂ ਵਾਸਤੇ ਆ। ਇਹਨੇ ਖੁਦਾ ਦੇ ਹੁਕਮ ਤੋਂ ਉਲਟ ਗੱਲ ਕੀਤੀ ਕਿ ਲੱਖ ਆਕਾਸ਼ ਲੱਖ ਪਤਾਲ ਨੇ। ਜਦੋਂ ਪੱਥਰ ਲੈ ਕੇ ਗੁਰੂ ਨਾਨਕ ਸਾਹਿਬ ਨੂੰ ਮਾਰਨ ਲੱਗੇ, ਗੁਰੂ ਨਾਨਕ ਸਾਹਿਬ ਨੇ ਮਰਦਾਨਾ ਤਾਂ ਡਰਿਆ, ਗੁਰੂ ਨਾਨਕ ਸਾਹਿਬ ਕਹਿੰਦੇ ਬਜਾਰ ਬਾਬ, ਗੁਰੂ ਨਾਨਕ ਸਾਹਿਬ ਨੇ ਕਿਹਾ ਗੁਰਬਰ ਕਾਲ ਆਖੋ ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ। ਸਾਰਿਆਂ ਦੇ ਹੱਥ ਜੁੜ ਗਏ, ਉਵੇਂ ਹੀ ਖੜੇ ਰਹਿ ਗਏ, ਚਰਨਾਂ ਦੇ ਢੱਠੇ ਮਹਾਰਾਜ ਸਾਨੂੰ ਬਖਸ਼ ਲਓ। ਸਤਿਗੁਰਾਂ ਨੇ ਕਿਰਪਾ ਕੀਤੀ, ਸਾਰੇ ਪੈਰੀ ਪੈ ਗਏ। ਕਹਿੰਦੇ ਜੀ ਤੁਸੀਂ ਲੱਖ ਕਹਿੰਦੇ, ਕਾਸ਼ ਲੱਖ ਪਤਾਲ ਦਿਖਾਓ। ਗੁਰੂ ਨਾਨਕ ਸਾਹਿਬ ਕਹਿੰਦੇ ਆਓ ਫਿਰ ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਹਰ ਲੱਖਾਂ ਕਾਸ਼ਾਂ ਦੇ ਲੱਖਾਂ ਪਤਾਲਾਂ ਵਿੱਚ ਗਏ, ਹਰ ਕਾਸ਼ ਹਰ ਪਤਾਲ ਵਿੱਚ ਗੁਰੂ ਨਾਨਕ ਦਾ ਜਸ ਹੋ ਰਿਹਾ ਹੈ ਤੇ ਆਵਾਜ਼ ਆ ਰਹੀ ਹੈ ਧੰਨ ਗੁਰੂ ਨਾਨਕ ਇੱਕ ਤੂੰ ਜਾਓ ਗੁਰੂ ਨਾਨਕ ਨੂੰ ਹਿਰਦੇ ਚ ਬਿਠਾ ਕੇ
ਗੁਰੂ ਨਾਨਕ ਸਾਹਿਬ ਨੇ ਲੱਖ ਆਕਾਸ਼ ਲੱਖ ਪਤਾਲ ਵਿਖਾਏ ਗੱਲਾਂ ਨਾਲ ਨਹੀਂ, ਹਰ ਆਕਾਸ਼ ਹਰ ਪਤਾਲ ਵਿੱਚ ਗੁਰੂ ਨਾਨਕ ਦਾ ਹੀ ਨਾਮ ਜਪਦੇ ਆ। ਧੁਰੋਂ ਪਤਾਲੋ ਅੱਖ ਫਰਕਣ ਵਿੱਚ ਲੱਖ ਆਕਾਸ਼ ਲੱਖ ਪਤਾਲ ਦਿਖਾ ਕੇ, ਧੁਰੋਂ ਪਤਾਲੋ ਗਰਮ ਗਰਮ ਕੜਾ ਲੱਕੜ ਦੇ ਕੋਲੇ ਦੇ ਵਿੱਚ ਗਰਮ ਗਰਮ ਕੜਾ ਲੈ ਕੇ ਪੀਰ ਦਾ ਬੇਟਾ ਗੁਰੂ ਨਾਨਕ ਸਾਹਿਬ ਦੇ ਨਾਲ ਆਇਆ। ਆਖੋ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਦਾ ਜਸ ਇੱਕ ਜਸ ਲੱਖਾਂ ਪਤਾਲਾਂ ਦੇ ਲੱਖਾਂ ਆਕਾਸ਼ਾਂ ਵਿੱਚ ਹੋ ਰਿਹਾ ਹੈ। ਤੁਹਾਡੇ ਸਾਡੇ ਆਪਣੇ ਕਿੱਡੇ ਵੱਡੇ ਭਾਗ ਸਾਡੇ ਵਿੱਚ ਗੁਰੂ ਨਾਨਕ ਸਾਹਿਬ ਬੈਠੇ ਆ। ਸਾਡੇ ਸਾਨੂੰ ਤਾਰਨ ਵਾਸਤੇ ਮਾਤ ਲੋਕ ਵਿੱਚ ਆਏ ਆ, ਅੱਜ ਦੇ ਦਿਨ ਆਏ ਆ, ਅੱਜ ਦੀਆਂ ਘੜੀਆਂ ਗੁਰੂ ਨਾਨਕ ਸਾਹਿਬ ਦੇ ਨਾਲ ਮਨਾ ਰਹੇ ਆ। ਜਨਮ ਦਿਨ ਉਹਨਾਂ ਦੇ ਹੀ ਮਨਾਏ ਜਾਂਦੇ ਆ ਜਿਹੜੇ ਆਪਣੇ ਜਨਮ ਦਿਨ ਦੇ ਵਿੱਚ ਬੈਠਣਗੇ। ਹੈਪੀ ਬਰਥਡੇ ਟੂ ਯੂ ਉਹਨਾਂ ਦਾ ਹੀ ਹੋਏਗਾ ਜਿਹੜੇ ਹਾਜ਼ਰ ਹੋਣਗੇ, ਜਿਹੜੇ ਹਾਜ਼ਰ ਹੋਣਗੇ ਵਿੱਚ ਬੈਠੇ ਹੋਣਗੇ। ਜਿਹੜਾ ਵਿੱਚ ਹੀ ਨਾ ਹੋਵੇ ਉਹਦਾ ਜਨਮ ਦਿਨ ਕਾਹਦਾ ਮਨਾਉਣਾ। ਗੁਰੂ ਨਾਨਕ ਸਾਹਿਬ ਸਾਡੇ ਵਿੱਚ ਬੈਠੇ ਆ, ਆਪਣਾ ਜਨਮ ਦਿਨ ਦਾ ਆਪਣੇ ਜਨਮ ਦਿਨ ਦਾ ਕੇਕ ਆਪ ਹੀ ਕੱਟ ਰਹੇ ਨੇ। ਆਖੋ ਸ੍ਰੀ ਵਾਹਿਗੁਰੂ। ਆਪਣੇ ਜਨਮ ਦਿਨ ਨੂੰ ਆਪਣੇ ਨਾਲ ਮਿਲ ਕੇ ਆ ਸਾਜਾਂ ਦੇ ਵਿੱਚ, ਆ ਵਾਜਾਂ ਦੇ ਵਿੱਚ ਇੱਕ ਰਿਸ਼ਤੇਦਾਰ ਪਰਿਵਾਰ ਕਿਸੇ ਬੱਚੇ ਦਾ ਜਨਮਦਿਨ ਹੋਵੇ, ਆਪਾਂ ਇਵੇਂ ਬਹਿੰਦੇ ਆ ਘੇਰਾ ਘੱਤ ਕੇ, ਤੇ ਆਪਾਂ ਹੁਣ ਗੁਰੂ ਨਾਨਕ ਸਾਹਿਬ ਦੇ ਬਰਥਡੇ ਨੂੰ ਜਨਮਦਿਨ ਨੂੰ ਮਨਾ ਰਹੇ ਹਾਂ ਘੇਰਾ ਘੱਤ ਕੇ ਸਾਜਾਂ ਦੇ ਨਾਲ। ਗੁਰੂ ਨਾਨਕ ਸਾਹਿਬ ਦੇ ਸੁਗੀਰਦੇ ਬੈਠੇ ਹੋਏ ਹਾਂ ਆਪਾਂ, ਗੁਰੂ ਨਾਨਕ ਸਾਹਿਬ ਦਾ ਜਨਮਦਿਨ ਆਪਾਂ ਸਾਰੇ ਰਲ ਕੇ ਮਨਾ ਰਹੇ ਹਾਂ। ਚਾਰੋ ਤਰਫ ਘੇਰਾ ਘੱਤ ਕੇ ਤੇ ਅਡੀਕ ਰਹੇ ਹਾਂ ਕਦੋਂ ਸਾਨੂੰ ਆਪਣੀ ਮਿਹਰਾਂ ਦਾ ਪ੍ਰਸ਼ਾਦ ਕੱਟ ਕੇ ਦਿੰਦੇ ਆ ਉਹ ਬਖਸ਼ਿਸ਼ ਵਾਲਾ। ਦੁਨੀਆਂ ਦੇ ਕੇਕ ਤਾਂ ਫਿੱਕੇ ਰਸ ਨੇ ਤੇ ਗੁਰੂ ਨਾਨਕ ਦੇ ਕੇਕ ਜਿਹੜੇ ਨੇ ਇਹ ਮਿੱਠੇ ਰਸ, ਦਰਗਾਹੀ ਰਸ, ਅੰਮ੍ਰਿਤ ਰਸ, ਵਿਕਾਰਾਂ ਨੂੰ ਦੂਰ ਕਰਨ ਵਾਲੇ ਆ, ਵਿਕਾਰਾਂ ਨੂੰ ਪ੍ਰੇਮਾ ਭਗਤੀ ਭਰਨ ਵਾਲੇ ਆ। ਗੁਰੂ ਨਾਨਕ ਦੇ ਕੜਾ ਪ੍ਰਸ਼ਾਦ ਦੇ ਉਹਦੀ ਤਾਂ ਨਜ਼ਰ ਦੇ ਉਹਦੀ ਤਾਂ ਨਜ਼ਰ ਦਾ ਪ੍ਰਸ਼ਾਦ ਬਹੁਤ ਏ। ਆਖੋ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਦੀ ਨਜ਼ਰ ਤਾਂ ਬਹੁਤ ਵੱਡੀ ਹੈ, ਉਹਨਾਂ ਦੇ ਤਾਂ ਦਰਸ਼ਨ ਹੀ ਬਹੁਤ ਵੱਡੇ ਆ, ਆਪਾਂ ਹੀ ਕਰ ਲਈਏ। ਆਖੋ ਸ੍ਰੀ ਵਾਹਿਗੁਰੂ। ਉਹ ਆਪਣੀ ਮਿਹਰ ਦਾ ਕਿਰਕਾ ਦੇ ਦੇਣ ਬਹੁਤ ਵੱਡੇ ਭਾਗ, ਉਹ ਆਪਣੀ ਨਜ਼ਰ ਦਾ ਕਿਰਕਾ ਦੇ ਦੇਣ ਫਿਰ ਵੀ ਬੜੇ ਵੱਡੇ ਭਾਗ, ਉਹ ਮਿਹਰ ਦਾ ਕਿਰਕਾ ਵੀ ਨਾ ਦੇਣ, ਪ੍ਰਸ਼ਾਦ ਨਜ਼ਰ ਦਾ ਵੀ ਨਾ ਦੇਣ, ਆਪਾਂ ਹੀ ਉਹਨਾਂ ਦੇ ਨਾਲ ਬਹਿ ਜਾਈਏ ਫਿਰ ਵੀ ਕੋਈ ਛੋਟੇ ਭਾਗ ਨਹੀਂ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਜੋ ਗੁਰ ਚਰਨੀ ਸਿੱਖ ਪੜ੍ਹਦੇ ਆ। ਇੱਕ ਦੂਰੀ ਨਲਕਾ
ਜਪੋ ਪੂਜਾ ਪਾਓ, ਜਿੰਨੀ ਆਵਾਜ਼ ਨਿਕਲਦੀ ਕੱਢੋ, ਜਿੰਨੀ ਆਵਾਜ਼ ਨਿਕਲਦੀ ਕੱਢੋ। ਮੈਨੂੰ ਪਤਾ ਹੀ ਨਹੀਂ ਸੀ ਵੀ ਕਰਨਾ, ਮੈਂ ਤਾਂ ਪਹਿਲਾਂ ਰੱਖਿਆ ਸੀ ਪ੍ਰੋਗਰਾਮ, ਤੇ ਅੱਜ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਨਾ MH1 ਦਾ ਲਾਈਵ ਨਹੀਂ, ਅੱਜ ਦਾ ਅਕਾਲ ਪੁਰਖ ਦਾ ਲਾਈਵ ਹੈ। ਆਖੋ ਸਿਰਫ ਅੱਜ ਦਾ ਜਨਰੇ ਜਨਰੇ ਦਾ ਲਾਈਵ ਹੈ, ਅੱਜ ਦਾ ਲਾਈਵ ਪ੍ਰੋਗਰਾਮ ਦਰਗਾਹ ਤੱਕ ਪਹੁੰਚ ਰਿਹਾ, ਉਹ ਤਾਂ ਅਮਰੀਕਾ ਕੈਨੇਡਾ ਤੱਕ ਹੀ ਪਹੁੰਚਦਾ ਹੈ। ਅੱਜ ਦਾ ਲਾਈਵ ਟੈਲੀਕਾਸਟ ਲੱਖ ਪਤਾਲ ਦੇ ਲੱਖ ਕਾਸ਼ ਵਿੱਚ ਪਹੁੰਚ ਰਿਹਾ ਹੈ। ਇੱਕ ਤੂੰ ਅੱਜ ਤਾਂ ਆਪਾਂ ਜਨਮ ਦਿਨ ਅਵਤਾਰ ਪੁਰਬ ਮਨਾ ਰਹੇ ਹਾਂ, ਉਹ ਐਡੇ ਵੱਡੇ ਗੁਰੂ ਦਾ ਅਵਤਾਰ ਪੁਰਬ ਦਾ ਕਿੱਡਾ ਫਲ ਹੋਊਗਾ, ਜਿਹਨੂੰ ਧੰਨ ਕਿਹਾ ਜਮਦੂਤ ਨੱਸ ਜਾਂਦੇ ਆ, ਨੇੜੇ ਨਹੀਂ ਆਉਂਦੇ। ਬਖਸ਼ਿਸ਼ ਵਾਲਾ ਦਿਨ, ਤੇ ਕਿਹੜੀ ਧਰਤੀ ਜਿਹਨੂੰ ਬਾਬਾ ਆਨੰਦ ਸਿੰਘ, ਬਾਬਾ ਈਸ਼ਰ ਸਿੰਘ ਨੇ
ਨਾਮ ਜਪ ਜਪ ਕੇ, ਨਾਮ ਜਪ ਜਪ ਕੇ ਇੰਨੀ ਤਰਾਈ ਕੀਤੀ ਹੈ ਨਾ ਇਹ ਧਰਤੀ, ਇੰਨੀ ਤਰ ਇੰਨੀ ਰਸ ਭਰੀ ਧਰਤੀ ਹੈ ਜਿੰਦਾ ਕੋਈ ਅੰਤ ਨਹੀਂ। ਐਡੀ ਬੰਦਗੀ ਕਲਯੁਗ ਦੇ ਵਿੱਚ, ਕਲਯੁਗ ਦੇ ਵਿੱਚ ਤਾਂ ਇੱਕ ਛਿਣ ਇੱਕ ਨਿਮਖ ਧਿਆਏ ਦਾ ਬੜਾ ਵੱਡਾ ਫਲ ਹੈ ਤੇ ਐਡੇ ਵੱਡੇ ਮਹਾਂਪੁਰਖ ਨੇ ਇੱਥੇ ਗੁਰੂ ਨਾਨਕ ਸਾਹਿਬ ਨੂੰ ਸਾਰਾ ਜੀਵਨ ਅਰਾਧਿਆ ਹੈ। ਬਾਬਾ ਅਨੰਦ ਸਿੰਘ, ਬਾਬਾ ਈਸ਼ਰ ਸਿੰਘ, ਬਾਬਾ ਕੁੰਦਨ ਸਿੰਘ ਜਿੰਦੀ ਲਾ ਗਏ ਨਾਨਕ ਸਾਹਿਬ ਦੀ ਧਰਤੀ ਤੇ ਜਿੰਦ। ਦੇਸਾਂ ਪ੍ਰਦੇਸਾਂ ਚ ਨਹੀਂ ਗਏ, ਕਹਿੰਦੇ ਮੈਨੂੰ ਪਿਆਰੇ ਦੀ ਧਰਤੀ ਮਿਲੀ ਹੈ, ਮੈਂ ਇੱਥੇ ਹੀ ਮਰ ਜਾਣਾ ਹੈ। ਆਖੋ ਸ੍ਰੀ ਵਾਹਿਗੁਰੂ, ਮੈਨੂੰ ਆਪਣੇ ਪਿਆਰੇ ਦੀ ਮਹਾਂਪੁਰਖਾਂ ਦੀ ਧਰਤੀ ਮਿਲ ਗਈ ਹੈ, ਰਸ ਅੰਮ੍ਰਿਤ ਰਸ ਦੀ ਭਰੀ ਹੋਈ, ਮੈਂ ਜਿੰਦ ਦੇ ਸਵਾਸ ਸਵਾਸ ਲਿਖੇ ਲਾ ਦਿਆਂਗਾ। ਸਾਰੀ ਜਿੰਦ ਲਿਖੇ ਲਾ ਗਏ, ਇੱਕ ਨਹੀਂ ਬਾਬਾ ਅਨੰਦ ਸਿੰਘ, ਬਾਬਾ ਈਸ਼ਰ ਸਿੰਘ ਦੇ ਲੱਖਾਂ ਭਵਰੇ, ਲੱਖਾਂ ਭਵਰੇ ਗੁਰਬਾਣ ਹੋ ਗਏ ਨੇ, ਲੱਖਾਂ ਪਤੰਗੇ ਗੁਰਬਾਣ ਹੋ ਗਏ ਨੇ, ਲੱਖਾਂ ਚਕੋਰਾਂ ਟਿਕ ਲਾਈ ਬੈਠੀਆਂ ਨੇ, ਲੱਖਾਂ ਚਕਵੀਆਂ ਆਸਾਂ ਧਰੀ ਬੈਠੀਆਂ ਨੇ ਇਸ ਪਿਆਰੇ ਦੇ ਦਰ ਤੇ। ਬੋਲੋ ਜੀ, ਤੂਹੀ ਦਰਗਾ ਇੱਕ, ਤੂਹੀ ਚਾਰ ਤਾਰਾਂ ਵਾਲਾ ਸੁਜਾਨ ਸਿੰਘ ਕਹਿੰਦੇ ਮੈਨੂੰ ਸੁਰ ਕਰ ਦੇ, ਜਦੋਂ ਮੈਂ ਇਹਨਾਂ ਚਾਰਾਂ ਤਾਰਾਂ ਨੂੰ ਛੇੜਾਂ ਵਾਰੀ ਵਾਰੀ ਇਹ ਚਾਰ ਤਾਰਾਂ ਬੋਲਣ, ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ, ਜਿਵੇਂ ਤਾਨਪੁਰਾ ਵੱਜਦਾ ਹੁੰਦਾ ਉਹ ਸਾਜ ਭੋਰੇ ਚ ਪਿਆ। ਕਹਿੰਦੇ ਜਦੋਂ ਮੈਂ ਚਾਰ ਤਾਰਾਂ ਨੂੰ ਛੇੜਾਂ, ਇਹਨਾਂ ਦੀ ਆਵਾਜ਼ ਤੂੰ ਹੀ ਨਿਰੰਕਾਰ ਦੀ ਨਿਕਲਦੀ ਚਾਹੀਦੀ, ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ, ਐਸੀ ਆਵਾਜ਼ ਉਸ ਸਾਜ ਚੋਂ ਨਿਕਲੇ ਆਕਾਸ਼ ਗੂੰਜ ਉੱਠੇ। ਤੇ ਬਾਬਾ ਅਨੰਦ ਸਿੰਘ ਜੀ ਰੋਜ਼ 2 ਵਜੇ ਤੋਂ ਲੈ ਕੇ 4 ਵਜੇ ਤੱਕ ਉਹਨੂੰ ਹੀ ਵਜਾਈ ਜਾਣ ਤੇ ਤੂੰ ਹੀ ਨਿਰੰਕਾਰ ਹੀ ਜਪੀ ਜਾਣ।
ਸਭ ਹੀ ਸਾਦੇ ਲੱਖ ਜੁਗੀ ਸਰ ਕਰਦੇ ਜੋਗਾ ਕਰਦੇ ਆ ਲੱਖ ਪਗੀ ਸਰ ਭੋਗੇ ਭੋਗਾ ਘੱਟ ਘੱਟ ਵਸੈ ਜਾਣੇ ਤੋਰਾ ਹੈ ਕੋਈ ਸਾਜਨ ਪਰਦਾ ਤੋਰਾ ਤੂੰ ਹੀ ਗੰਗਾ ਇੱਕ ਤੂੰ ਹੀ ਜਪੋ ਸਾਰੀ ਸੰਗਤ ਭਾਈ ਸਾਰੇ ਬੋਲੋ ਬੀਬੀਆਂ ਬੋਲੋ ਸਾਡੇ ਬਣ ਦਾ ਫੁਰਨਾ ਬਣਿਆ
ਕਿ ਗੁਰੂ ਨਾਨਕ ਤੇ ਗੁਰੂ ਨਾਨਕ ਤੋਂ ਵੱਡਾ ਨਿਰੰਕਾਰ ਹੈ। ਇਹ ਮਨ ਵਿੱਚ ਆਇਆ ਕਿ ਗੁਰੂ ਨਾਨਕ ਸਾਹਿਬ ਤੋਂ ਨਿਰੰਕਾਰ ਵੱਡਾ ਹੈ, ਕਿਸ ਤਰ੍ਹਾਂ ਦਾ ਹੋਵੇਗਾ, ਕਿਵੇਂ ਹੋਵੇਗਾ। ਬਾਬਾ ਜੀ ਕਹਿੰਦੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਰਿਆ, ਗੁਰੂ ਨਾਨਕ ਸਾਹਿਬ ਬਾਹੋਂ ਫੜ ਕੇ ਲੈ ਗਏ ਨਿਰੰਕਾਰ ਦੇ ਕੋਲ। ਜਦੋਂ ਲੈ ਗਏ ਤੇ ਗੁਰੂ ਨਾਨਕ ਸਾਹਿਬ ਜੀ ਨਿਰੰਕਾਰ ਦੇ ਵਿੱਚ ਹੀ ਅਭੇਦ ਹੋ ਗਏ। ਅਸੀਂ ਦੇਖੀਏ ਗੁਰੂ ਨਾਨਕ ਸਾਹਿਬ ਕਿੱਧਰ ਗਏ, ਫਿਰ ਗੁਰੂ ਨਾਨਕ ਸਾਹਿਬ ਨਿਰੰਕਾਰ ਦੇ ਵਿੱਚੋਂ ਪ੍ਰਗਟ ਹੋ ਗਏ। ਪ੍ਰਕਾਸ਼ ਹੀ ਪ੍ਰਕਾਸ਼ ਸੀ, ਉਸ ਪ੍ਰਕਾਸ਼ ਵਿੱਚ ਸਮਾ ਗਏ, ਫਿਰ ਪ੍ਰਕਾਸ਼ ਉਹ ਪ੍ਰਗਟ ਹੋ ਗਏ। ਕਹਿੰਦੇ ਸਾਡਾ ਭਰਮ ਖਤਮ ਹੋ ਗਿਆ ਕਿ ਨਿਰੰਕਾਰ ਕੋਈ ਹੋਰ ਨਹੀਂ, ਗੁਰੂ ਨਾਨਕ ਕੋਈ ਹੋਰ ਨਹੀਂ। ਬਾਬਾ ਜੀ ਨੇ ਫਿਰ ਆਣ ਕੇ ਆਖਿਆ ਬਈ ਹੁਣ ਧਾਰਨਾ ਲਾਓ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, 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 ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਗੁਰੂ ਨਾਨਕ ਨਿਰੰਕਾਰ, ਜਿਹਦਾ ਸਾਰਾ ਸੰਸਾਰ ਕਹਿੰਦੇ ਨੇ, ਕੋਈ ਕਹਿੰਦਾ ਪਰਮੇਸ਼ਰ ਨਿਰੰਕਾਰ ਹੈ, ਕੋਈ ਕਹਿੰਦਾ ਸਕਾਰ ਹੈ, ਕੋਈ ਆਖਦਾ ਪਰਮੇਸ਼ਰ ਨਿਰੰਕਾਰ ਹੈ, ਕੋਈ ਕਹਿੰਦਾ ਸਕਾਰ ਹੈ ਨਿਰਗੁਣ ਸਰਗੁਣ, ਤੇ ਕਈ ਝਗੜਦੇ ਆ। ਉਹ ਕਹਿੰਦੇ ਨਿਰੰਕਾਰ ਏ, ਦੂਜਾ ਕਹਿੰਦਾ ਸਕਾਰ ਏ। ਕੋਈ ਲੋਕ ਨਿਰੰਕਾਰ ਤੇ ਸਕਾਰ ਤੇ ਝਗੜਦੇ ਆ, ਕਈ ਕਹਿੰਦੇ ਆ ਉਹੀ ਨਿਰੰਕਾਰ ਹੈ ਉਹੀ ਸਕਾਰ ਹੈ, ਤੇ ਕਈ ਲੋਕ ਇਹ ਝਗੜਦੇ ਆ ਉਹ ਕੀ ਹੋਇਆ, ਉਹ ਹੋਏ ਬੇਕਾਰ। ਕਈਆਂ ਦਾ ਨਿਰੰਕਾਰ, ਕਈਆਂ ਦਾ ਸਕਾਰ, ਕਈਆਂ ਦਾ ਵਿਕਾਰ ਹੈ। ਉਹ ਜਿਹੜੇ ਝਗੜਦੇ ਆ ਉਹ ਵਿਕਾਰ ਹੈ,
ਉਹ ਨਿਰਕਾਰ ਉਹ ਸਕਾਰ ਨਿਰਗੁਣ ਸਰਗੁਣ ਨਿਰੰਕਾਰ ਸੁਣ ਸਮਾਧੀ ਆਪ ਉਹਦਾ ਰੂਪ ਨਾ ਰੇਖ ਨਾ ਰੰਗ ਕਿਸ਼ ਤਰੇ ਗੁਣ ਤੇ ਪ੍ਰਭ ਭਿੰਡ ਜਿਸੇ ਬਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਉਹ ਨਿਰਕਾਰ ਵੀ ਹੈ ਚੱਕਰ ਚੇਰ ਹਰ ਭਰ ਜਾਤ ਬੋਲਿਓ ਚੱਕਰ ਚੇਰ ਚੱਕਰ ਚਹਿਨ ਅਰ ਵਰ ਜਾਤ ਅਰ ਪਾਤ ਨਾਹਿ ਜੈ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੈ ਅਚਲ ਮੂਰਤਿ ਅਨੁਭਉ ਪ੍ਰਕਾਸ਼ ਅਮਤ ਹੋ ਜਿਤ ਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗੁਣ ਜੈ ਤ੍ਰੈ ਪਵਣ ਮਹੀ ਸੁਰ ਨਰ ਅਸੁਰ ਬਣ ਪ੍ਰੇਣ ਕੈ ਤਵ ਸਰਵ ਨਾਮ ਕਥੈ ਕਵਨ ਕਰਨ ਨਾਮ ਵਰਣਤ ਸੁਮਤ ਜੀ ਇੱਕ ਧੰਨ ਗੁਰੂ ਨਾਨਕ ਤੁਹੀਂ ਹੁੰਦਿਆਂ ਨੂੰ ਅਜੇ ਛੋਟੇ ਛੋਟੇ ਪੜ੍ਹਨ ਦੀ ਲੱਗੇ ਸੀ ਸਕੂਲ 'ਚ ਤੇ ਕਹਿੰਦੇ ਸੀ ਗੁਰੂ ਨਾਨਕ ਦਾ ਅਵਤਾਰ ਪੁਰਬੇ ਅੱਜ ਜਗਰਾਤਾ ਹੈ ਰਾਤ ਨੂੰ ਸਾਡਾ ਛੋਟਾ ਜਿਹਾ ਪਿੰਡ ਛੋਟੇ ਜਿਹੇ ਪਿੰਡ ਵਿੱਚ ਛੋਟੀ ਜਿਹੀ ਮਸੀਤ ਵਿੱਚ ਗੁਰਸਾ ਪ੍ਰਕਾਸ਼ ਸੀ ਕਿਉਂਕਿ ਪਾਕਿਸਤਾਨ ਹਿੰਦੁਸਤਾਨ ਬਣੇ ਮੁਸਲਮਾਨ ਚਲੇ ਗਏ ਸਿੱਖ ਇੱਧਰ ਆ ਗਏ ਮਸੀਤ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਸਾਡੇ ਪਿੰਡ ਛੋਟੀ ਜਿਹੀ ਮਸੀਤ ਸੀ ਛੋਟਾ ਜਿਹਾ ਪਿੰਡ ਉੱਥੇ ਅਸੀਂ ਰਾਤ ਨੂੰ ਜਗਰਾਤਾ ਕਰਨਾ ਪੂਰਨਮਾਸ਼ੀ ਦਾ ਛੋਟੇ ਛੋਟੇ ਅਤੇ ਗੁੜ ਵਾਲਾ ਕੜਾਹ ਮਿਲਣਾ ਰਾਤ ਨੂੰ ਗੁੜ ਵਾਲਾ ਜਦੋਂ 12:30 ਵੱਜਣੇ ਉਦੋਂ ਗੁੜ ਵਾਲਾ ਕੜਾਹ ਖਾਣਾ ਬੜਾ ਸਵਾਦ ਲੱਗਦਾ ਸੀ ਹੁਣ ਪਦਾਰਥ ਹੀ ਜੋਗੇ ਪਦਾਰਥ ਹੀ ਉਦੋਂ ਕਿਸੇ ਵਿਰਲੇ ਨੂੰ ਕੋਈ ਚੰਗਾ ਪਦਾਰਥ ਮਿਲਦਾ ਸੀ ਮਿੱਠਾ ਤਾਂ ਕਿਤੇ ਕਿਤੇ ਨਸੀਬ ਹੁੰਦਾ ਸੀ ਗੁਰੂ ਨਾਨਕ ਸਾਹਿਬ ਦੀ ਰਾਤ ਅੱਜ ਦੀ ਜਦੋਂ ਜਾਗਣਾ ਸਾਖੀ ਨਾ ਸੁਣਾਉਣੀ ਆ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਪੜ੍ਹਨੀ ਕਿ ਇਸ ਤਰੀਕੇ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਿਆ ਜਗਰਾਤਾ ਕਰਨਾ ਉਸ ਤੋਂ ਬਾਅਦ ਨਾਨਕ ਸਾਹਿਬ ਆਏ ਇਸ਼ਨਾਨ ਕਰਨਾ ਪਟਾਕੇ ਚਲਾਉਣੇ ਪਦਾਰਥ ਖਾਣੇ ਪਰ ਇਹੋ ਜਿਹਾ ਜਗਰਾਤਾ ਪੂਰਨਮਾਸ਼ੀ ਦਾ ਅੱਜ ਹੀ ਭਾਗਾਂ ਵਿੱਚ ਆਇਆ ਹੈ ਇਹ ਅੱਜ ਹੀ ਭਾਗਾਂ ਵਿੱਚ ਆਇਆ ਕਿ ਅੱਜ ਦੀ ਰਾਤ ਗੁਰੂ ਨਾਨਕ ਸਾਹਿਬ ਦੇ ਇਸ ਜਾਗਣ ਤੇ ਜਿਹੜਾ ਉਹਨਾਂ ਕਿਹਾ ਸੀ ਜਾਗਣਾ ਜਾਗਣ ਦੀ ਕਾ ਹਰ ਕੀਰਤਨ ਵੇ ਜਾਗਣ ਜੇ ਤੂੰ ਜਗਰਾਤਾ ਕਰਨਾ ਤੇ ਹਰੀ ਦੇ ਕੀਰਤਨ ਵਿੱਚ ਜਾਗਣਾ ਸਭ ਤੋਂ ਹੀ ਚੰਗਾ ਅੱਜ ਦੀ ਪੂਰਨਮਾਸ਼ੀ ਇਹ ਪੂਰਨਮਾਸ਼ੀ ਤੋਂ ਪਹਿਲੇ ਦਿਨ ਖੁਸ਼ੀਆਂ ਹੀ ਮਨਾਈਆਂ ਜਾਂਦੀਆਂ ਦੂਜੀ ਪੂਰਨਮਾਸ਼ੀ ਦੀ ਰਾਤ ਫਿਰ ਕੀਰਤਨ ਹੁੰਦਾ ਰਹਿਣ ਸਮਾਈ
ਪਰ ਅੱਜ ਆਪਣੇ ਤੇ ਰੱਬ ਵਾਅਦਾ ਦਿਆ। ਬਾਬਾ ਜੀ ਕਹਿੰਦੇ ਸੀ ਇਹੀ ਨਿਸ਼ਾਨੀ ਏ ਰੱਬ ਦੀ ਪ੍ਰਸੰਨਤਾ ਦੀ, ਜਦੋਂ ਸਿਮਰਨ ਵਿੱਚ ਮਨ ਲੱਗੇ, ਕੀਰਤਨ ਦੀ ਦਾਤ ਮਿਲੇ, ਭਗਤੀ ਦੀ ਮਿਲੇ, ਗੁਰੂ ਦੇ ਨਾਲ ਮਨ ਜੁੜੇ, ਜਸ ਗਾ ਕੇ ਰਾਤਾਂ ਬਤੀਤ ਹੋਣ, ਇਹ ਉਹਦੀਆਂ ਬੇਰਾਂ ਦੀਆਂ ਨਿਸ਼ਾਨੀਆਂ ਨੇ, ਉਹਦੇ ਕਹਿਰ ਦੀ ਨਿਸ਼ਾਨੀ ਏ। ਜਦੋਂ ਮਨ ਹੋਰ ਪਾਸੇ ਜਾਵੇ, ਮਨ ਜੁੜੇ ਨਾ, ਚਲਣਾ ਚ ਲੱਗੇ ਨਾ, ਉਦੋਂ ਉਹਦੇ ਕਹਿਰ ਦੀ ਨਿਸ਼ਾਨੀ ਏ, ਆ ਉਹਦੀ ਬੇਰ ਦੀ ਨਿਸ਼ਾਨੀ ਹੈ ਪਿਆਰਿਓ। ਅਵਸਰ ਅਭੀ ਜਦੋਂ ਨਾਇਕ ਕੀ ਨਾਇਕਾ ਆਵੇ, ਰੂਪ ਗੁਣ ਜੋ ਗੁਣ ਸ਼ਿੰਗਾਰ ਅਧਿਕਾਰੀ ਹੈ, ਚਾਤਰ ਚਾਤਰ ਪਾਠ ਸੇਵਕ ਸਹੇਲੀ ਸਾ, ਸਭ ਦਾ ਸਮਗਰੀ ਸੁਖ ਸਹਿਜ ਸਜਾਰੀ ਹੈ, ਸੁੰਦਰ ਮੰਦਰ ਸੁਖ ਲਗਨ ਸੰਜੋਗ ਭੋ, ਜੀਵਨ ਜਨ ਤਨ ਪ੍ਰੀਤੀ ਪਿਆਰੀ ਹੈ, ਕਾਰਤਕ ਮਾਸ ਸਰਦ ਪੂਰਨ ਮਾਸੀ, ਕਾਰਤਕ ਦਾ ਮਹੀਨਾ ਸਿਆਲਾਂ ਦੀ ਪੂਰਨਮਾਸ਼ੀ। ਅੱਜ ਗੁਰੂ ਨਾਨਕ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਧਰਤੀ ਤੇ ਆਏ ਨੇ, ਆਠ ਜਾਂ ਸਾਠ ਕਰੀ ਅੱਜ ਤੇਰੀ ਵਾਰੀ। ਅਵਸਰ ਅਵੀਰ ਨਾਇਕ ਕੀ ਨਾਇਕਾ ਹੋਏ, ਰੂਪ ਗੁਣ ਜੋ ਗੁਣ ਸ਼ਿੰਗਾਰ ਅਧਿਕਾਰੀ ਹੈ, ਚਾਤਰ ਚਤੁਰ ਪਾਠ ਸੇਵਕ ਸਹੇਲੀ ਸਾਥ, ਸੰਪਦਾ ਸਮਗਰੀ ਸੁਖ ਸਹਿਜ ਸਚਾਰੀ ਹੈ, ਸੁੰਦਰ ਮੰਦਰ ਸੁਖ ਲਗਨ ਸੰਜੋਗ, ਜੀਵਨ ਜਨ ਤਨ ਪ੍ਰੀਤੀ ਪਿਆਰੀ ਹੈ, ਸਤਨਾਮ
ਗੁਰੂ ਨਾਨਕ ਆਇਆ ਕਲ ਧਾਰਨ ਗੁਰੂ ਨਾਨਕ ਸਾਜਾਂ ਦੀ ਇਹ ਸਾਜ ਜਸ ਗਾ ਰਹੇ ਨੇ ਅਣਹਦ ਸ਼ਬਦ ਵੱਜ ਰਹੇ ਸਾਰੇ ਸਾਜ ਖੜਕਾ ਦੜਕਾ ਕਰੀ ਆਓ ਬਸ ਇਹਨਾਂ ਕਿ ਸਾਡਾ ਸਾਜ ਸਪੀਕਰ ਵਿੱਚ ਨਹੀਂ ਵੱਜਦਾ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਪਿਆਰਾ ਹੈ ਮਰਦਾਨੇ ਨੂੰ ਰਬਾਬੀ ਨੂੰ ਸਾਰੀ ਉਮਰ ਨਾਲ ਰੱਖਿਆ ਗੁਰੂ ਨਾਨਕ ਸਾਹਿਬ ਨੇ ਸਾਰੀ ਉਮਰ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਨਾਲ ਰੱਖਿਆ ਜਦੋਂ ਫਰੰਦੇ ਦੇ ਕੋਲ ਮਰਦਾਨੇ ਨੂੰ ਰਬਾਬ ਲੈਣ ਭੇਜਿਆ ਮਰਦਾਨਾ ਕਹਿੰਦਾ ਜੀ ਇਹਦੀ ਕੀਮਤ ਕੀ ਹੈ ਫਰੰਦਾ ਕਹਿਣ ਲੱਗਾ ਮਰਦਾਨਿਆ ਇਹਦੀ ਕੀਮਤ ਬਹੁਤ ਵੱਡੀ ਕਹਿੰਦੇ ਦੱਸੋ ਜੋ ਵੀ ਕੀਮਤ ਹੋਈ ਮੈਂ ਦਿਆਂਗਾ ਫਰੰਦਾ ਕਹਿਣ ਲੱਗਾ ਇਸ ਸਾਜ ਦੀ ਰਬਾਬ ਦੀ ਕੀਮਤ ਹੈ ਕਿ ਇਹ ਗੁਰੂ ਨਾਨਕ ਤੋਂ ਬਗੈਰ ਕਿਸੇ ਹੋਰ ਅੱਗੇ ਨਾ ਵਜਾਵੀ ਇਸ ਰਬਾਬ ਦੀ ਕੀਮਤ ਹੈ ਇਹ ਗੁਰੂ ਨਾਨਕ ਤੋਂ ਬਗੈਰ ਕਿਸੇ ਹੋਰ ਅੱਗੇ ਨਾ ਵਜੇ ਇੱਕ ਤੇ ਦੂਸਰੀ ਇਹਦੀ ਹੋਰ ਕੀਮਤ ਦੂਸਰੀ ਕੀਮਤ ਹੈ ਕਿ ਮੈਨੂੰ ਗੁਰੂ ਨਾਨਕ ਦੇ ਦਰਸ਼ਨ ਕਰਾ ਦੇ ਆਖੋ ਸੀ ਇੱਕ ਕੀਮਤ ਹੈ ਕਿ ਗੁਰੂ ਨਾਨਕ ਤੋਂ ਬਗੈਰ ਕਿਸੇ ਹੋਰ ਅੱਗੇ ਨਾ ਵਜਾਵੀ ਦੂਸਰੀ ਇਹਦੀ ਕੀਮਤ ਹੈ ਕਿ ਮੈਨੂੰ ਉਸ ਪਿਆਰੇ ਦੇ ਦਰਸ਼ਨ ਕਰਾ ਦੇ ਫਿਰ ਇਹ ਫਰੰਦੇ ਨੇ ਰਬਾਬ ਗੁਰੂ ਨਾਨਕ ਸਾਹਿਬ ਕੋਲ ਲੈ ਕੇ ਗਿਆ ਇੱਕ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦੂਜੇ ਉਹਨੇ ਕਿਹਾ ਵੀ ਇਹ ਰਬਾਬ ਗੁਰੂ ਨਾਨਕ ਤੋਂ ਬਗੈਰ ਕਿਤੇ ਹੋਰ ਨਾ ਵੱਜੇ ਇੰਨੇ ਪਿਆਰੇ ਨੇ ਗੁਰੂ ਨਾਨਕ ਨੂੰ ਸਾਜ ਮਰਦਾਨੇ ਦੀ ਰਬਾਬ ਗੁਰੂ ਨਾਨਕ ਕੀ ਵੱਜੀ ਕਿਤੇ ਹੋਰ ਨਹੀਂ ਵੱਜੀ ਮੇਰਾ ਵਾਲਿਆ
ਕਰਤਾਰ ਤੇਰੀ ਉੱਚੇ ਪਰਬਤਾਂ ਦੀਆਂ ਕਾਟੀਆਂ ਤੇ ਤੇ ਹੋਈ ਸਿੱਧਾਂ ਦੇ ਨਾਲ ਉਤਾਰ ਤੇਰੀ ਲੈ ਕੇ ਚੜ੍ਹਦੇ ਹੋ ਲੈਂਦੇ ਹੋ ਉੱਤਰ ਦੱਖਣ ਉਸਤਤ ਹੋਵਦੀ ਵਿੱਚ ਸੰਸਾਰ ਤੇਰੀ ਮੇਰਾ ਵਾਲਿਆ ਮੇਰੀ ਨਜ਼ਰ ਹੋਈ ਤੇ ਬੱਚੇ ਜੰਗਲਾਂ ਵਿੱਚ ਕਰਦਾ
ਵੰਜੇ ਜੰਗਲਾ ਮਹਾਰਾਜੇ ਦਾ ਜਨਮ ਦਿਨ ਆ ਜਾਵੇ ਉਹ
ਉਹ ਖੁਸ਼ ਹੋ ਕੇ ਕਈਆਂ ਦੀ ਕੈਦ ਮਾਫ, ਕਈਆਂ ਦੇ ਕਰਜ਼ੇ ਮਾਫ, ਕਈਆਂ ਨੂੰ ਬਖਸ਼ਿਸ਼ਾਂ ਵੰਡਦਾ ਹੈ, ਕਈਆਂ ਨੂੰ ਬਖਸ਼ਿਸ਼ ਦਿੰਦਾ ਹੈ, ਕਈਆਂ ਦੇ ਕਰਜ਼ੇ ਮਾਫ, ਕਈਆਂ ਦੀ ਕੈਦ ਮਾਫ, ਗੁਨਾਹ ਮਾਫ ਕਰ ਦਿੰਦਾ ਹੈ, ਬਖਸ਼ਿਸ਼ਾਂ ਨਾਲ ਝੋਲੀਆਂ ਭਰ ਦਿੰਦਾ ਦੁਨਿਆਵੀ ਰਾਜਾ ਮਹਾਰਾਜਾ। ਤੇ ਜਿਹੜਾ ਰਾਜਨ ਕੇ ਰਾਜਾ ਮਹਾਰਾਜਨ ਬਖਸ਼ਣੇ ਪੈਂਦੇ ਆਪਣਿਆਂ ਦੇ।
ਸਾਰੇ ਰਾਕਸ਼ਾਂ ਦੇ ਨਹੀਂ ਕੌਡੇ ਰਾਕਸ਼ ਉਹ ਸਾਰੇ ਠੱਗਾਂ ਦੇ ਨਹੀਂ ਬੜੇ ਠੱਗ ਸੀ ਸੱਜਣ ਠੱਗ ਦੇ ਸਾਰੇ ਚੋਰਾਂ ਦੇ ਨਹੀਂ ਭੂਮੀਏ ਚੋਰ ਦੇ ਉਹ ਬਾਬੇ ਦੇ ਆਪਦੇ ਸੀ ਗਲਤ ਹੋਏ ਹੋਏ ਸੀ ਆਪਣਿਆਂ ਦਾ ਖਿਆਲ ਕਰਨਾ ਪੈਂਦਾ ਹੈ ਆਪਣਿਆਂ ਦਾ ਆਪਣਿਆਂ ਦੇ ਗੁਣਾਂ ਵੀ ਧੋਣੇ ਪੈਂਦੇ ਆ ਆਪਣਿਆਂ ਨੂੰ ਬਖਸ਼ਣਾ ਪੈਂਦਾ ਹੈ ਆਪਣਿਆਂ ਦੀ ਆਪ ਲਾਜ ਰੱਖਦਾ ਹੈ ਕੌਡੇ ਰਾਕਸ਼ ਤੋਂ ਵੱਧ ਕੇ ਕਿਸੇ ਗੁਣਾ ਕਰਨੇ ਸੀ ਜਿਹੜਾ ਬੰਦੇ ਤਲ ਤਲ ਖਾਂਦਾ ਸੀ ਜਿਹਨੇ ਕੋਈ ਮਾਣਸ ਨਹੀਂ ਛੱਡਿਆ ਸੀ ਉਸ ਜੰਗਲ ਚ ਇੱਕ ਕਤਲ ਬੜਾ ਵੱਡਾ ਗੁਣਾ ਹੁੰਦਾ ਹੈ ਉਹ ਰਾਕਸ਼ ਦੇ ਤਾਂ ਯੁੱਗ ਬੀਤ ਗਏ ਸੀ ਪਾਪ ਕਰਦਿਆਂ ਪਰ ਆਪਦਾ ਸੀ ਆਪਣਾ ਸੀ ਆਪਣਿਆਂ ਦੇ ਗੁਣਾ ਹੁੰਦਾ ਹੈ ਆਪਦਿਆਂ ਨੂੰ ਬਖਸ਼ਦਾ ਏ ਆਪਦਿਆਂ ਨੂੰ ਕੰਠ ਲਾਉਂਦਾ ਏ ਕੰਠ ਲਾਏ ਔਗੁਣ ਸਭ ਬੇਟੇ ਦਿਆਲ ਪੁਰਖ ਬਖਸ਼ਿੰਦਾ ਤੇ ਮਾਣ ਵੀ ਏ ਆਪਣਿਆਂ ਤੇ ਮਾਣ ਵੀ ਹੁੰਦਾ ਏ ਸਾਡਾ ਬਾਬਾ ਆਪਣਾ ਏ ਸਾਨੂੰ ਆਪਣੇ ਬਾਬੇ ਤੇ ਮਾਣ ਹੈ ਸਾਨੂੰ ਬਖਸ਼ੇਗਾ ਜ਼ਰੂਰ ਸਾਡੀਆਂ ਝੋਲੀਆਂ ਭਰੇਗਾ ਜ਼ਰੂਰ ਸਾਡੇ ਵੱਲ ਖਿਆਲ ਜ਼ਰੂਰ ਦੇਗਾ ਆਸਾ ਲਾਈ ਬੈਠੇ ਆ ਇਸ ਕਰਕੇ ਧੰਨ ਗੁਰੂ ਨਾਨਕ ਤੂੰ ਹੀ ਗੁਰੂ ਨਾਨਕ ਤੂੰ ਹੀ ਧੰਨ ਗੁਰੂ ਨਾਨਕ ਤੂੰ ਹੀ ਧੰਨ ਗੁਰੂ ਨਾਨਕ ਤੂੰ ਹੀ ਬਾਰੇ ਬਾਰੇ ਜਾਨੀਆਂ
ਬੋਲੀਆਂ ਜਿਵੇਂ ਵਾਰੇ ਵਾਰੇ ਜਾਣੀਆਂ ਲਖਮਰੀਆ ਨਮੋ
ਵਰੀ ਬਲਹਾਰ ਅੱਜ ਗੁਰੂ ਨਾਨਕ ਸਾਹਿਬ ਦੇ ਅਵਤਾਰ ਪੁਰਬ ਤੇ ਸਾਰੀਆਂ ਸੰਗਤਾਂ ਨੇ ਧੰਨ ਗੁਰੂ ਨਾਨਕ ਦਾ ਜਾਪ ਜਪਿਆ ਹੈ, ਮਨ ਜੋੜਿਆ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ, ਸਮਾਂ ਬਿਤਾਇਆ ਜਿਹੜਾ ਬੇਅਰਥ ਜਾਣਾ ਸੀ। ਇਸ਼ਨਾਨ ਤੋਂ ਬਾਅਦ ਬਹੁਤੇ ਲੋਕ ਪਟਾਕੇ ਚਲਾ ਕੇ ਖਾ ਪੀ ਕੇ ਸਮਾਂ ਬਿਤਾਉਂਦੇ ਸੀ। ਅੱਜ ਸਤਿਗੁਰਾਂ ਨੇ ਮਿਹਰ ਕੀਤੀ ਹੈ ਕਿ ਆਪਾਂ ਗੁਣ ਗਾ ਕੇ ਸਮਾਂ ਸਫਲ ਕੀਤਾ ਹੈ। ਧੰਨ ਕਹਿਣਾ ਗੁਰੂ ਨਾਨਕ ਸਾਹਿਬ ਨੂੰ ਜਮਾਂ ਦਾ ਲੇਖਾ ਪਾੜ ਜਾਂਦਾ। ਜੇ ਕੋਈ ਜੀ ਕਹੇ ਫਿਰ ਵੀ ਜਮ ਲੇਖਾ ਨਹੀਂ ਪੁੱਛਦੀ, ਜੇ ਕੋਈ ਜੀ ਕਹੇ ਉਹਨਾਂ ਕੋ ਤਿੰਨ ਜਮ ਕੀ ਤਲਬਣਾ। ਗੁਰੂ ਨਾਨਕ ਪਾਤਸ਼ਾਹ ਨੂੰ ਜੀ ਆਇਆ ਸਾਰੇ ਆਖੀਏ। ਅੱਜ ਗੁਰੂ ਨਾਨਕ ਪਾਤਸ਼ਾਹ ਦਰਸ਼ਨ ਦਿੱਤੇ, ਕਿਰਪਾ ਕੀਤੇ, ਤਨ ਤਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ, ਸੋਹੇ ਬੰਬ ਦੁਆਰ ਸਗਲਾ ਬਣ ਹਰਾ, ਸੁਣੀ ਪੁਕਾਰ ਬਹੁਤ ਮਾੜਾ ਹਾਲ ਸੀ, ਹਰ ਕੋਈ ਦੁਖੀ ਸੀ ਤੇ ਗੁਰੂ ਨਾਨਕ ਸਾਹਿਬ ਨੇ ਸੁਣੀ ਪੁਕਾਰ, ਸਾਰਿਆਂ ਦੀ ਪੁਕਾਰ ਸੁਣੀ, ਫਿਰ ਗੁਰੂ ਨਾਨਕ ਦੇਵ ਜੀ ਆਪ ਨਿਰੰਕਾਰ ਗੁਰੂ ਨਾਨਕ ਦਾ ਰੂਪ ਧਾਰ ਕੇ ਬਟਾ ਕੇ ਨਿਰੰਕਾਰ ਆਪ ਧਰਤੀ ਦੇ ਆਇਆ। ਧੰਨ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਧਾਰ ਕੇ ਆਪ ਨਿਰੰਕਾਰ ਅਕਾਲ ਪੁਰਖ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਸੁਣੀ ਪੁਕਾਰ ਦਤਾਰ ਪ੍ਰਭੂ ਗੁਰੂ ਨਾਨਕ ਜਗ ਮਾਹੇ ਪਠਾਇਆ। ਇਹ ਪੁਕਾਰ ਸੁਣੀ ਤੇ ਗੁਰੂ ਨਾਨਕ ਦੇਵ ਜੀ ਆਏ ਇਸ ਧਰਤੀ ਦੀ, ਇਹ ਜੀਵਾਂ ਦੀ ਪੁਕਾਰ ਸੁਣ ਕੇ ਆਏ ਨੇ, ਧਰਤੀ ਦੀ ਪੁਕਾਰ ਸੁਣ ਕੇ ਆਏ ਨੇ, ਦਿਆਲ ਹੋ ਕੇ ਆਏ ਨੇ। ਐਸੇ ਸਤਿਗੁਰੂ ਆਏ ਹੀ ਸਾਨੂੰ ਤਾਰਨ ਵਾਸਤੇ ਆ। ਭਾਈ ਗੁਰਦਾਸ ਜੀ ਕਹਿੰਦੇ ਨੇ ਕੱਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਦੇਵ ਜੀ ਇਸ ਕਲਯੁਗ ਦੇ ਵਿੱਚ ਤਾਰਨ ਵਾਸਤੇ ਹੀ ਆਏ ਤੇ ਤਾਰਨ ਵਾਸਤੇ ਆਏ ਆ ਕਿਹਨਾਂ ਨੂੰ? ਆਪਣੇ ਵਰਗੇ ਜੀਵਾਂ ਨੂੰ, ਪਾਪੀਆਂ ਨੂੰ, ਗੁਨਾਹੀਆਂ ਨੂੰ, ਸਭ ਨੂੰ ਸਾਹਿਬ ਗੁਰੂ ਨਾਨਕ ਦੇਵ ਜੀ ਤਾਰਨ ਵਾਸਤੇ ਆਏ ਨੇ। ਸਾਰਿਆਂ ਨੇ ਹੁਣ ਗੁਰੂ ਨਾਨਕ ਪਾਤਸ਼ਾਹ ਨੂੰ ਜੀ ਆਇਆ ਕਹਿਣਾ ਹੈ। ਆਓ ਬਾਬਾ ਜੀ ਫੁੱਲ ਵਰਤਾ ਦਿਓ, ਸਾਰੇ ਵਰਖਾ ਕਰਦੀ, ਸਾਰੇ ਫੁੱਲ ਵਰਤਾ ਦਿਓ, ਗੁਰੂ ਨਾਨਕ ਸਾਹਿਬ ਦੇ ਨਾਂ ਦੀ ਵਰਖਾ ਕਰਨੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਦੀ, ਦੇਵਤਿਆਂ ਰੂਪੀ ਸਾਰਿਆਂ ਨੇ ਵਰਖਾ ਕਰਨੀ ਹੈ। ਉਨੀ ਦੇਰ ਪੜੀਏ ਜੀਆਂ ਨੂੰ, ਫਿਰ ਫੁੱਲਾਂ ਦੀ ਵਰਖਾ ਕਰਾਂਗੇ। ਆਓ ਬਾਬਾ ਜੀ,
ਆਓ ਬਾਬਾ ਜੀ ਸੇਵਾ
ਆਪੇ ਜਾਂਦੀ ਆਪੇ ਮਾਜੀ ਆਪ ਸੁਆਮੀ ਆਪੇ ਦੇਵਾ ਓ ਬਾਬਾ ਜੀ ਆਵੋ ਸਜਣਾ
ਮਨਸਾ ਮੇਰੇ ਰਾਮ, ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਪੂਰੀ
ਪੂਰੀ ਪੂਰੀ ਆਸਾ ਦੀ ਮਨਸਾ ਮੇਰੇ ਰਾ ਪੂਰੀ ਆਸਾ ਦੀ ਮਨਸਾ ਮੇਰੇ ਰਾ ਹੋਵੇ
जगत गुरु जी गुरु नानक बाबा ਗੁਰੂ ਨਾਨਕ ਤੂੰ ਹੀ ਨਿਰੰਕਾਰ ਸਭ ਦੇਵਤੇ ਸਭ
ਦੇਵਤੇ ਉਹ ਸਭ ਦੇਵਤੇ ਫੁੱਲ ਵਰਸਾਉਂਦੇ ਗੁਰੂ ਨਾਨਕ ਤੇਰੀ ਜੈ ਹੋਵੇ ਬਾਬਾ ਨਾਨਕ ਤੇਰੀ ਦੇਵਤੇ ਫੁੱਲ ਬਰਸਾਉਂਦੇ ਗੁਰੂ ਨਾਨਕ ਤੇਰੀ ਜੈ ਹੋਵੇ ਗੁਰੂ ਨਾਨਕ ਤੇਰੀ ਜੈ ਹੋਵੇ ਦੇਵਤੇ ਫੁੱਲ ਬਰਸਾਉਂਦੇ ਗੁਰੂ ਨਾਨਕ ਤੇਰੀ ਜੈ ਹੋਵੇ ਬਾਬਾ ਨਾਨਕ ਤੇਰੀ ਜੈ ਹੋਵੇ ਗੁਰੂ ਬੇਅੰਤ ਖੁਸ਼ੀਆਂ ਪ੍ਰਾਪਤ ਹੋਈਆਂ ਹੋਣਗੀਆਂ। ਦਾਸ ਦਾ ਫੁਰਨਾ ਸੀ ਅੰਮ੍ਰਿਤਸਰ ਅੱਜ ਦਾ ਦਿਨ ਮਨਾਉਣ ਦਾ, ਜਦੋਂ ਮੈਂ ਹੁਕਮਨਾਮਾ ਲਿਆ ਨਾਮ ਮਿਲਿਆ, ਦੂਜੀ ਵਾਰੀ ਗੁਰਸਾਹਿਬ ਨੂੰ ਮਨਾਉਣਾ ਚਾਹਿਆ ਨਾਮ ਮੰਨੇ, ਤੀਜੀ ਵਾਰੀ ਬੇਨਤੀ ਕੀਤੀ, ਮੈਂ ਕਿਹਾ ਫਿਰ ਕੋਈ ਹੋਰ ਹੀ ਰਜਾ ਹੈ। ਬਾਬਾ ਜੀ ਵੀ ਕਹਿੰਦੇ ਸੀ ਪੂਰਨਮਾਸ਼ੀ ਨਾਨਕਸਰ ਬਣਾਇਆ ਕਰੋ, ਮੈਂ ਕਿਹਾ ਫਿਰ ਨਾਨਕਸਰ ਦਾ ਲੈ ਲਈਏ ਹੁਕਮਨਾਮਾ। ਜਦੋਂ ਲਿਆ ਦੇ ਇੱਥੋਂ ਦਾ ਆ ਗਏ, ਇੱਥੇ ਇੱਟਾਂ ਵੱਟੇ ਪੱਥਰ ਖਿਲਰੇ ਹੋਏ ਸੀ, ਇੱਥੋਂ ਦੀ ਆਗਿਆ ਮਿਲ ਗਈ। ਫਿਰ ਮੈਂ ਪਹਿਲਾਂ ਮੈਂ ਕਿਹਾ ਸੀ ਬਾਬਾ ਹਰਭਜਨ ਸਿੰਘ ਜੀ ਉੱਥੋਂ ਦੀ ਮੁੱਖ ਸੇਵਾ ਨਿਭਾ ਰਹੇ ਨੇ, ਸਾਡੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਥਾਂ 'ਤੇ, ਉਹਨਾਂ ਤੋਂ ਆਗਿਆ ਲੈਣੀ ਜ਼ਰੂਰੀ ਹੈ। ਜੇ ਉਹਨਾਂ ਦੀ ਆਗਿਆ ਹੋ ਜੇ ਤਾਂ ਅੱਜ ਬਹੁਤੇ ਸਾਜਾਂ ਨਾਲ ਗੁਣ ਗਾਈਏ। ਇਹਨਾਂ ਨੇ ਫਿਰ ਆਗਿਆ ਦੇ ਦਿੱਤੀ, ਕਹਿੰਦੇ ਅਸੀਂ ਤੁਹਾਡੇ ਨਾਲ, ਬਾਬਾ ਸੇਵਾ ਸਿੰਘ ਨਾਲ ਸਲਾਹ ਕਰ ਲਓ। ਉਹਨਾਂ ਨੇ ਵੀ ਕਿਹਾ ਵੀ ਬਹੁਤ ਵਧੀਆ ਹੈ, ਆਪਾਂ 12 ਵਜੇ ਤੋਂ 4 ਵਜੇ ਤੱਕ ਰੱਖੀਏ ਪ੍ਰੋਗਰਾਮ ਗੁਣ ਗਾਉਣ ਦਾ, ਫਿਰ 4 ਵਜੇ ਕੀਰਤਨ ਸ਼ੁਰੂ ਹੋ ਜਾਣਾ, 12 ਵਜੇ ਸਮਾਪਤ ਹੁੰਦੇ ਬਾਬਾ ਜੀ ਦੇ ਬਚਨ।
ਤੇ 12 ਤੋਂ 4 ਦੇ ਵਿੱਚ ਫਿਰ ਇਹ ਸਮਾਂ ਸਾਰਾ ਰੱਖਿਆ ਗੁਣ ਗਾ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਜੀਆ ਕਹਿਣ ਦਾ ਗੁਰੂ ਨਾਨਕ ਦੀਆਂ ਵਡਿਆਈਆਂ ਦਾ ਫਿਰ ਉਸ ਤੋਂ ਬਾਅਦ ਦਾਸ ਨੇ ਸਾਰਿਆਂ ਨੂੰ ਮਾਤਾ ਵਿਪਨ ਪੀਰ ਕੌਰ ਚੱਬੇ ਵਾਲਿਆਂ ਨੂੰ ਅੰਮ੍ਰਿਤਸਰ ਵਾਲਿਆਂ ਨੂੰ ਸਾਰਿਆਂ ਨੂੰ ਸਭ ਸੰਗਤਾਂ ਨੂੰ ਫੋਨ ਕੀਤੇ ਹੁਣ ਖਾਲੀ ਨਾ ਆਇਓ ਅੱਜ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਵਾਜੇ ਜੋੜੀਆਂ ਤਬਲੇ ਲੈ ਕੇ ਆਇਓ ਫਿਰ ਸਾਰਿਆਂ ਨੂੰ ਮੈਂ ਕਿਹਾ ਜਿਹਦੇ ਕੋਲ ਰਬਾਬ ਹੈ ਰਬਾਬ ਚੱਕ ਲਿਓ ਜਿਹਦੇ ਕੋਲ ਵਾਜਾ ਵਾਜਾ ਲਿਓ ਜਿਹਦੇ ਕੋਲ ਤਬਲਾ ਤਬਲਾ ਛੈਣੇ ਆ ਘੈਂਡੀਆਂ ਕੁਝ ਵੀ ਚੱਕ ਲਿਆਓ ਤੇ ਅੱਜ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਆਪਾਂ ਬਹੁਤੇ ਸਾਜਾਂ ਦੇ ਨਾਲ ਬਹੁਤੇ ਸਾਜ਼ ਰੱਖ ਕੇ ਤੇ ਗੁਰੂ ਸਾਹਿਬ ਮਿਹਰ ਕਰਨ ਅਗਲੀ ਪੂਰਨਮਾਸ਼ੀ ਅਵਤਾਰ ਦਿਹਾੜਾ ਇਸ ਤੋਂ ਵੀ ਖੁਸ਼ੀਆਂ 'ਚ ਬਾਬਾ ਆਨੰਦ ਸਿੰਘ ਦਾ ਵੀ ਆਪਾਂ ਅਵਤਾਰ ਦਿਹਾੜਾ ਮਨਾਉਣੇ ਹਾਂ ਬਾਬਾ ਈਸ਼ਵਰ ਸਿੰਘ ਜੀ ਦਾ ਵੀ ਮਨਾਈ ਦਾ ਬਾਬਾ ਕੁੰਦਨ ਸਿੰਘ ਜੀ ਦਾ ਵੀ ਪਰ ਅੱਜ ਗੁਰੂ ਨਾਨਕ ਸਾਹਿਬ ਨੇ ਆਪਦੇ ਅਵਤਾਰ ਦਿਹਾੜੇ 'ਤੇ ਆਪਾਂ ਨਹੀਂ ਇਹ ਆਪਣੀ ਬਿਲਕੁਲ ਝੂਠੀ ਸੋਚ ਹੈ ਗੁਰੂ ਨਾਨਕ ਸਾਹਿਬ ਨੇ ਆਪਦੇ ਅਵਤਾਰ ਦਿਹਾੜੇ 'ਤੇ ਆਹ ਦਾਤ ਦਿੱਤੀ ਹੈ ਆਖੋ ਜੀ ਜਿੱਡਾ ਵੱਡਾ ਸਾਹਿਬ ਜਿੱਡਾ ਵੱਡਾ ਗੁਰੂ ਨਾਨਕ ਓਡੀ ਵੱਡੀ ਦਾਤ ਦਿੱਤੀ ਹੈ ਇਹ ਗੁਰੂ ਨਾਨਕ ਦੀ ਦਾਤ ਹੈ ਇਹ ਦਾਤਾਂ ਦਰਗਾਹੋਂ ਆਉਂਦੀਆਂ ਨੇ ਜੋ ਜੋ ਵੀ ਖਾਲਸੇ ਨੂੰ ਮਿਲੀ ਹੈ ਗੁਰੂ ਨਾਨਕ ਦੇ ਘਰ ਵਰਤੀਆਂ ਦੇਗ ਤੇਗ ਫਤਿਹ ਖਾਲਸਾ ਪੰਥ ਗੁਰੂ ਗ੍ਰੰਥ ਸਾਹਿਬ ਕੀਰਤਨ ਇਹ ਸਾਰੀਆਂ ਦਰਗਾਹ 'ਚੋਂ ਆ ਕੇ ਮਿਲੀਆਂ ਨੇ ਤਾਂ ਇਹ ਥਿਰ ਨੇ ਇੱਥੋਂ ਦੀ ਇੱਥੇ ਮੁੱਕ ਜਾਂਦੀਆਂ ਇਹ ਦਰਗਾਹੀ ਦਾਤਾ ਹੈ ਨਾਨਕ ਸਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਐਡੀ ਮਹਾਨ ਕਥਾ ਕੀਰਤਨ ਦੀ ਵਡਿਆਈ ਇਹ ਦਰਗਾਹ 'ਚੋਂ ਦਾਤ ਆਈ ਹੈ ਇਹ ਬਾਬਾ ਆਨੰਦ ਸਿੰਘ ਜੀ ਲੈ ਕੇ ਆਏ ਨੇ ਨੌਂ ਦੇ ਨਾਮ ਗਰੀਬੀ ਪਾਈ ਇਹ ਦਰਗਾਹੀ ਦਾਤਾ ਧੰਨ ਬਾਬਾ ਆਨੰਦ ਸਿੰਘ ਜੀ ਧੰਨ ਬਾਬਾ ਈਸ਼ਵਰ ਸਿੰਘ ਜੀ ਧੰਨ ਬਾਬਾ ਕੁੰਦਨ ਸਿੰਘ ਜੀ ਸਾਡੇ ਮੁਰਸ਼ਦ ਮਹਾਂਪੁਰਖ ਨਾਲ ਪੁੱਛੋ ਵਾਲੇ ਬਾਬਾ ਖੇਮ ਸਿੰਘ ਜੀ ਮਹਾਂਪੁਰਖ ਬਾਬਾ ਮਾਹਰ ਨਾਮ ਸਿੰਘ ਜੀ ਪੁੱਛੋ ਵਾਲੇ ਜਿਨ੍ਹਾਂ ਨੇ ਆਪਣੀ ਬਖਸ਼ਿਸ਼ ਕਿਰਪਾ ਕਰਕੇ ਆਪਣੇ ਦੁਆਰੇ ਤੋਂ ਇਹ ਫੁਰਨਾ ਬਣਾਇਆ ਤੇ ਧੰਨ ਬਾਬਾ ਆਨੰਦ ਸਿੰਘ ਜੀ ਦੇ ਦਰ ਤੋਂ ਇਸ ਦੀ ਆਗਿਆ ਹੋਈ ਮੋਹਰ ਹੋਈ ਤੇ ਇਹ ਬਾਬਾ ਜੀ ਨੇ ਮਿਹਰਾਂ ਕਰਕੇ ਅੱਜ ਜਿਹੜੇ ਆਪਣੇ ਗੁਣ ਗਾਏ ਗੁਣ ਗਵਾਏ ਨੇ ਇਹਨੇ ਸਾਜਾਂ ਦੇ ਨਾਲ ਬਾਬਾ ਜੀ ਕਿਰਪਾ ਕਰਨ ਦੇਖ ਲਓ ਵੀ 6 ਵਜੇ 5 ਕੁ ਵਜੇ ਬਾਬਾ ਹਰਭਜਨ ਸਿੰਘ ਜੀ ਦਾ 3:30 ਨੂੰ ਗੁਰਸਾਹਿਬ ਪ੍ਰਕਾਸ਼ ਕਰਦੇ ਹਨ ਅਤੇ ਮੈਂ ਫਿਰ ਥੱਕਿਆ ਥੁੱਕਿਆ ਆਉਂਦਾ ਹੋਰ ਪਾਸੇ ਪਾਸੇ ਆਇਆ ਥੋੜ੍ਹੀ ਜਿਹੀ ਲੇਟ ਉੱਠ ਕੇ ਫਿਰ ਸੇਵਾ ਕਰੀ ਦੀ ਗੁਰੂ ਸਾਹਿਬ ਦੀ ਆਰਾਮ ਕਰਕੇ ਉਸ ਤੋਂ ਬਾਅਦ ਜਦੋਂ 5 ਕੁ ਵਜੇ ਸਤਿਗੁਰਾਂ ਤੋਂ ਆਗਿਆ ਹੋਈ 5-6 ਵਜੇ ਉਸ ਤੋਂ ਬਾਅਦ ਫਿਰ ਮੈਂ ਬਾਬਾ ਹਰਭਜਨ ਸਿੰਘ ਜੀ ਤੋਂ ਆਗਿਆ ਲਈ ਫਿਰ ਸਾਰਿਆਂ ਨੂੰ ਫੋਨ ਕੀਤੇ ਅਤੇ ਇਹ ਦੇਖ ਲਓ ਵੀ ਇੱਥੇ ਇੱਟਾਂ ਵੱਟੇ ਚੱਕਣੇ ਆ ਸਰੂਪ ਲੱਗਣੇ ਆ ਕੈਮਰਿਆਂ ਵਾਲੇ ਆਉਣੇ ਆ ਲਾਊਡ ਸਪੀਕਰ ਹੀ ਨਾ ਕੋਈ ਮਿਲੇ ਕਹਿੰਦੇ ਅੱਜ ਗੁਰਪੁਰਬ ਹੈ ਜਿਹਨੂੰ ਪੁੱਛੀ ਹੋ ਕਹਿੰਦਾ ਮੈਂ 4-4 ਥਾਈ ਲਾਏ ਹੋਏ ਇਸ ਕਰਕੇ ਬਾਬਾ ਜੀ ਨੇ ਸਾਰਾ ਆਪਣਾ ਕੰਮ ਆਪਣੇ ਢੰਗ ਦੇ ਨਾਲ ਆਪ ਹੀ ਕਰਕੇ ਇਹ ਜਿਹੜਾ ਇਸ ਥਾਂ 'ਤੇ ਸੁਭਾਵਕ ਹੀ ਸਹਿਜ ਹੀ ਭੋਲੇ ਪਾਏ ਹੀ ਇਹ ਬਾਬਾ ਜੀ ਨੇ ਕਿਰਪਾ ਕੀਤੀ ਹੈ ਲੱਖ ਲੱਖ ਸ਼ੁਕਰਾਨਾ ਹੈ ਅਤੇ ਹੁਣ ਅਰਦਾਸ ਅਤੇ ਹੁਕਮਨਾਮਾ ਸਤਿਗੁਰਾਂ ਦਾ ਹੋਏਗਾ ਜੇ ਕਿਰਪਾ ਕਰਨ ਬਾਬਾ ਹਰਭਜਨ ਸਿੰਘ ਜੀ ਹੁਕਮਨਾਮਾ ਇਸ ਨਾਂ ਦੇ ਅਰਦਾਸ ਆਪਾਂ ਸਾਰੀ ਸੰਗਤ ਰਲ ਕੇ ਕਰਦੇ ਹਾਂ ਇੱਕ ਓਅੰਕਾਰ
ਗੁਣ ਭਾਗੀ ਮਨੇ ਭਇਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟਿਓ ਵਡਭਾਗੀ ਮਨੇ ਭਇਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਿਹਾਰੈ ਆਗੇ ਸੁਖ ਪਾਸ਼ੈ ਸੁਖ ਸਹਿਜਾ ਕਰਿਆ ਆਨੰਦ ਹਮਾਰੈ ਰਹਾਉ ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਭਉ ਭਏ ਗੁਰ ਚਰਣੀ ਲਾਗੇ ਇੱਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋ ਬਨਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।